ਇੱਕ ਵਾਰਾ ਪਸ਼ੂ ਨੇ ਦੋ ਘਰਾਂ ਦੇ ਚਿਰਾਗ ਨੂੰ ਬੁਝਾ ਦਿੱਤਾ, ਜਦਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਇਹ ਹਾਦਸਾ ਮੋਗਾ ਬਰਨਾਲਾ ਰੋਡ ਤੇ ਪਿੰਡ ਢਾਲਾ ਦੇ ਕੋਲ ਵਾਪਰਿਆ, ਜਦੋਂ ਗੱਡੀ ਦੇ ਅੱਗੇ ਅਚਾਨਕ ਹੀ ਅਵਾਰਾ ਪਸ਼ੂ ਆ ਜਾਂਦਾ ਹੈ ਅਤੇ ਟਕਰਾਉਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਤਿੰਨੋਂ ਦੋਸਤ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਆਏ ਸੀ ਅਤੇ ਪਿੰਡ ਢਾਲਾ ਦੇ ਕੋਲ ਅਵਾਰਾ ਪਸ਼ੂ ਗੱਡੀ ਦੇ ਸਾਹਮਣੇ ਆ ਜਾਂਦਾ ਹੈ, ਜਿਸ ਕਾਰਨ ਗੱਡੀ ਪਲਟ ਜਾਂਦੀ ਹੈ ਅਤੇ ਇਸ ਹਾਦਸੇ ਦੇ ਵਿੱਚ ਵਰਿੰਦਰ ਅਤੇ ਸੁਖਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਤੀਜਾ ਜਿਸਦਾ ਨਾਮ ਭੁਪਿੰਦਰ ਸਿੰਘ ਹੈ ਉਹ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਿੰਨ ਵਿਅਕਤੀ ਇਹਨਾਂ ਦੇ ਸੀਗੇ, ਆਪਣੀ ਕਾਰ ਡਿਜ਼ਾਇਰ ਤੇ PV 0076 ਤੇ ਜਾ ਰਹੇ ਸੀ, ਰੰਗ ਸਿਲਵਰ ਸੀਗਾ ਤੇ ਜਦੋਂ ਮੋਗੇ ਤੋਂ ਕਰੀਬ ਡਾਲੇ ਕੋਲ ਪਹੁੰਚੇ ਤਾਂ ਅਵਾਰਾ ਪਸ਼ੂ ਸਾਹਮਣੇ ਆ ਗਿਆ ਤੇ ਅਵਾਰਾ ਪਸ਼ੂ ਹੋਣ ਦੇ ਨਾਲ ਮੌਕੇ ਤੇ ਵਰਿੰਦਰ ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਜਿਹਦੀ 194 BNSS ਦੀ ਕਾਰਵਾਈ ਕਰ ਰਹੀ। ਅਵਾਰਾ ਪਸ਼ੂ ਦੀ ਵਾਰਨਿੰਗ ਕਰਦਾ ਡਿਵਾਈਡਰ 'ਚ ਵੱਜੀ, ਤਿੰਨ ਜਣੇ ਸਵਾਰ ਸੀ, ਭੁਪਿੰਦਰ ਸਿੰਘ ਦਾਖਲ ਹੈ ਤੇ ਦੋ ਜਣਿਆਂ ਦੀ ਡੈਥ ਹੋ ਗਈ ਹੈ। 194 BNSS ਦੇ ਤਹਿਤ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਲਾਸ਼ ਕਰ ਦਿੱਤੀ। ਇੱਕ ਵਾਰਾ ਪਸ਼ੂ ਨੇ ਦੋ ਘਰਾਂ ਦੇ ਚਿਰਾਗ ਨੂੰ ਬੁਝਾ ਦਿੱਤਾ, ਜਦਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ ਇਹ ਹਾਦਸਾ ਮੋਗਾ ਬਰਨਾਲਾ ਰੋਡ ਤੇ ਪਿੰਡ ਢਾਲਾ ਦੇ ਕੋਲ ਵਾਪਰਿਆ, ਜਦੋਂ ਗੱਡੀ ਦੇ ਅੱਗੇ ਅਚਾਨਕ ਹੀ ਅਵਾਰਾ ਪਸ਼ੂ ਆ ਜਾਂਦਾ ਹੈ ਅਤੇ ਟਕਰਾਉਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ, ਜਿਸ ਦੇ ਕਾਰਨ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਤਿੰਨੋਂ ਦੋਸਤ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਆਏ ਸੀ ਅਤੇ ਪਿੰਡ ਢਾਲਾ ਦੇ ਕੋਲ ਅਵਾਰਾ ਪਸ਼ੂ ਗੱਡੀ ਦੇ ਸਾਹਮਣੇ ਆ ਜਾਂਦਾ ਹੈ, ਜਿਸ ਕਾਰਨ ਗੱਡੀ ਪਲਟ ਜਾਂਦੀ ਹੈ ਅਤੇ ਇਸ ਹਾਦਸੇ ਦੇ ਵਿੱਚ ਵਰਿੰਦਰ ਅਤੇ ਸੁਖਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਤੀਜਾ ਜਿਸਦਾ ਨਾਮ ਭੁਪਿੰਦਰ ਸਿੰਘ ਹੈ ਉਹ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਿੰਨ ਵਿਅਕਤੀ ਇਹਨਾਂ ਦੇ ਸੀਗੇ, ਆਪਣੀ ਕਾਰ ਡਿਜ਼ਾਇਰ ਤੇ PV 0076 ਤੇ ਜਾ ਰਹੇ ਸੀ, ਰੰਗ ਸਿਲਵਰ ਸੀਗਾ ਤੇ ਜਦੋਂ ਮੋਗੇ ਤੋਂ ਕਰੀਬ ਡਾਲੇ ਕੋਲ ਪਹੁੰਚੇ ਤਾਂ ਅਵਾਰਾ ਪਸ਼ੂ ਸਾਹਮਣੇ ਆ ਗਿਆ ਤੇ ਅਵਾਰਾ ਪਸ਼ੂ ਹੋਣ ਦੇ ਨਾਲ ਮੌਕੇ ਤੇ ਵਰਿੰਦਰ ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਜਿਹਦੀ 194 BNSS ਦੀ ਕਾਰਵਾਈ ਕਰ ਰਹੀ। ਅਵਾਰਾ ਪਸ਼ੂ ਦੀ ਵਾਰਨਿੰਗ ਕਰਦਾ ਡਿਵਾਈਡਰ 'ਚ ਵੱਜੀ, ਤਿੰਨ ਜਣੇ ਸਵਾਰ ਸੀ, ਭੁਪਿੰਦਰ ਸਿੰਘ ਦਾਖਲ ਹੈ ਤੇ ਦੋ ਜਣਿਆਂ ਦੀ ਡੈਥ ਹੋ ਗਈ ਹੈ। 194 BNSS ਦੇ ਤਹਿਤ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਲਾਸ਼ ਕਰ ਦਿੱਤੀ।